ਸ਼ਹਿਨਾਬਾਦ ਦੇ ਵਿੱਚ ਹੋਈ ਭਾਰੀ ਬਾਰਿਸ਼ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਸਾਬਕਾ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਐਮਐਲਏ ਨਾਭਾ ਦਾ ਪੁਤਲਾ ਫੂਕਣ ਦੇ ਉਪਰੰਤ ਸੀਵਰੇਜ ਦੇ ਅਤੇ ਬਰਸਾਤੀ ਗੰਦੇ ਪਾਣੀ ਦੇ ਵਿੱਚ ਵਹਾ ਗਿਆ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮੇਘ ਸਿੰਘ ਸ਼ੇਰਮਾਜਰਾ ਹਲਕਾ ਨਾਭਾ ਤੋਂ ਇੰਚਾਰਜ ਗੁਰਦੇਵ ਸਿੰਘ ਦੇਮਾਨ ਸਮੇਤ ਸਮੁੱਚੇ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਆਗੂ ਵਰਗਾਂ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਅਤੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਸਾਂਝੇ ਤੌਰ ਤੇ ਮੰਗ ਕੀਤੀ ਕਿ ਸਾਧੂ ਸਿੰਘ ਧਰਮਸੋਤ ਦੇ 64 ਕਰੋੜ ਰੁਪਏ ਦੇ ਘਟਾਲੇ ਸੰਬੰਧੀ ਜਾਂਚ ਕੀਤੀ ਜਾਵੇ। ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਹੋਣ ਦੇ ਕਾਰਨ ਸਾਧੂ ਸਿੰਘ ਧਰਮਸੋਤ ਨੂੰ ਅਮਰਿੰਦਰ ਸਿੰਘ ਦੇ ਵੱਲੋਂ ਕਲੀਨ ਚਿੱਟ ਦਿੱਤੀ ਗਈ ਸੀ, ਜੋ ਕਿ ਬਿਲਕੁਲ ਗਲਤ ਹੈ। ਜੇਕਰ ਧਰਮਸੋਤ ਨੂੰ ਮੁੜ ਮੰਤਰੀ ਮੰਡਲ ਵਿੱਚ ਲਿਆ ਗਿਆ ਤਾਂ ਸੂਬੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ ਵਿਰੋਧ ਕਰੇਗੀ। ਹਰਮੀਤ ਸਿੰਘ ਬਾਜਵਾ ਅਤੇ ਮਨਪ੍ਰੀਤ ਸਿੰਘ ਧਾਰੋਂਕੀ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਵੱਲੋਂ ਕੀਤੇ ਗਏ ਗਲਤ ਕੰਮਾਂ ਦੇ ਕਾਰਨ ਹੀ ਉਸ ਦਾ ਪੁਤਲਾ ਗੰਦੇ ਸੀਵਰੇਜ ਦੇ ਪਾਣੀ ਦੇ ਵਿੱਚ ਵਹਾਇਆ ਗਿਆ ਹੈ। ਵਿਕਾਸ ਦੇ ਨਾਂ ਦੇ ਧਰਮਸੋਤ ਦੇ ਚੇਲਿਆਂ ਦੇ ਵੱਲੋਂ ਕਰੋੜਾਂ ਦੀ ਵੱਡੀ ਲੁੱਟ ਕੀਤੀ ਗਈ ਹੈ। ਉਹਨਾਂ ਦੀ ਜਾਂਚ ਕਰਕੇ ਉਹਨਾਂ ਉੱਪਰ ਵੀ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਕਹਿਣਾ ਤਾਂ ਦੇਖੋ ਜੀ ਕੀ ਹੈ, ਤਕਰੀਬਨ ਅਸੀਂ 1.5 ਸਾਲ ਤੋਂ ਇਹ ਲੱਗੇ ਹਾਂ ਵੀ ਜਿਹੜਾ ਸਾਧੂ ਸਿੰਘ ਧਰਮਸੋਤ ਜਿਹਨੇ 64 ਕਰੋੜ ਰੁਪਇਆ ਉਹਨਾਂ ਗਰੀਬ ਲੋਕਾਂ ਦਾ, ਉਹਨਾਂ ਗਰੀਬ ਸਟੂਡੈਂਟ ਦਾ ਖਾਧਾ ਹੈ, ਜਿਨ੍ਹਾਂ ਨੂੰ ਇਹ ਕਹਿੰਦਾ ਸੀ ਕਿ ਮੈਂ ਐਸੀ ਹਾਂ, ਮੈਂ ਐਸੀ ਬਣ ਕੇ ਤੁਹਾਡੇ ਐਸੀਆਂ ਦਾ ਬਹੁਤ ਭਲਾ ਕਰੂੰਗਾ, ਪਰ ਇਹ ਭਲਾ ਕਰਨ ਦੀ ਬਜਾਏ ਆਪਣੇ ਕਬੀਲੇ ਨੂੰ ਹੀ ਖਾ ਗਿਆ, ਆਪਣੇ ਲੋਕਾਂ ਨੂੰ ਹੀ ਖਾ ਗਿਆ। ਅਸੀਂ ਉਸ ਦਿਨ ਤੋਂ ਇਹ ਸਰਕਾਰ ਤੋਂ ਮੰਗ ਕਰਦੇ ਆ ਰਹੇ ਸੀ ਕਿ ਇਹਨੂੰ ਬਰਖਾਸਤ ਕੀਤਾ ਜਾਵੇ, ਇਹਨੂੰ ਜੇਲ੍ਹ 'ਚ ਸੁੱਟਿਆ ਜਾਵੇ ਅਤੇ ਜਿਹੜੇ ਇਹਨੇ ਪੈਸੇ ਖਾਧੇ ਨੇ ਉਹ ਹੀ ਗਰੀਬ ਲੋਕਾਂ 'ਚ ਦੁਬਾਰਾ ਵੰਡੇ ਜਾਣ। ਪਰ ਪਹਿਲਾਂ ਕੈਪਟਨ ਸਾਹਿਬ ਵੇਲੇ ਇਹ ਕਹਿੰਦਾ ਸੀ ਮੈਂ ਤਾਂ ਉਹਨਾਂ ਦਾ ਸੀਰੀ ਹਾਂ, ਮੈਂ ਤਾਂ ਉਹਨਾਂ ਦਾ ਸੀਰੀ ਹਾਂ, ਇਸ ਕਰਕੇ ਸੀਰੀ ਦਾ ਮਤਲਬ ਉਹਨਾਂ ਦਾ ਹਿੱਸੇਦਾਰ ਹੈ। ਹੁਣ ਤਾਂ ਕੈਪਟਨ ਨਹੀਂ ਰਿਹਾ, ਹੁਣ ਕਿਹਦਾ ਸੀਰੀ ਬਣਨਾ? ਹੁਣ ਮੈਨੂੰ ਇਹ ਆਪਣੇ ਪੱਤਰਕਾਰ ਹੋਰ ਵੀ ਪੁੱਛ ਰਹੇ ਸੀ, ਕਹਿੰਦੇ ਜੀ ਇਹਨੂੰ ਚੰਨੀ ਜੀ ਵੀ ਕਹਿੰਦੇ ਨੇ, ਆਪਣੇ ਸੀ ਐਮ ਸਾਹਿਬ ਕਹਿੰਦੇ ਜੀ ਅਸੀਂ ਇਹਨੂੰ ਵੀ ਮੰਤਰੀ ਮੰਡਲ ਦੇ ਵਿੱਚ ਲੈਣਾ। ਪਰ ਅਸੀਂ ਸਾਰੀ ਆਮ ਆਦਮੀ ਪਾਰਟੀ ਵੱਲੋਂ ਮੰਗ ਕਰਦੇ ਹਾਂ ਕਿ ਇਹੋ ਜਿਹੇ ਭ੍ਰਿਸ਼ਟ ਮੰਤਰੀ ਨੂੰ ਜਿਹਨੇ ਲੋਕਾਂ ਦੇ ਨਾਲ, ਗਰੀਬ ਬੱਚਿਆਂ ਦੇ ਨਾਲ ਇੰਨਾ ਖਿਲਵਾੜ ਕੀਤਾ ਹੈ ਪੰਜਾਬ ਦੇ ਵਿੱਚ, ਉਸ ਬੰਦੇ ਨੂੰ ਪੰਜਾਬ ਦਾ ਦੁਬਾਰਾ ਮੰਤਰੀ ਬਣਾਉਣਾ ਬਹੁਤ ਜ਼ਿਆਦਾ ਘਾਤਕ ਹੈ, ਆਮ ਲੋਕਾਂ ਲਈ ਬਹੁਤ ਜ਼ਿਆਦਾ ਨਿਰਾਸ਼ਾਜਨਕ ਗੱਲ ਹੋਊਗੀ ਇਹ ਅਗਰ ਇਸ ਨੂੰ ਦੁਬਾਰਾ ਮੰਤਰੀ ਮੰਡਲ ਦੇ ਵਿੱਚ ਲਿਆ ਜਾਂਦਾ। ਦੇਖੋ ਜੀ ਆਮ ਆਦਮੀ ਕਹਿੰਦੇ ਨੇ ਵੀ ਸੀ ਐਮ ਬਣਾਇਆ, ਮੈਨੂੰ ਬੜੀ ਹਾਸੀ ਆਉਂਦੀ ਹੈ। ਉਹ ਚੰਨੀ ਸਾਹਿਬ ਵੀ ਕਹਿੰਦੇ ਸੀ, ਕਹਿੰਦੇ ਮੈਂ ਰਿਕਸ਼ਾ ਚਲਾਉਂਦਾ ਰਿਹਾ, ਮੈਂ ਰਿਕਸ਼ੇ ਛੱਡ ਕੇ ਆਉਂਦਾ ਸੀ ਜੇ ਕੋਈ ਕੰਮ ਹੁੰਦਾ ਸੀ, ਸਾਡਾ ਟੈਂਟ ਦਾ ਕੰਮ ਹੁੰਦਾ ਸੀ। ਪਰ ਤੁਸੀਂ ਇਹ ਦੇਖੋ ਵੀ ਕੱਲ੍ਹ ਪਹਿਲੇ ਦਿਨ ਹੀ ਦਿੱਲੀ ਜਾਣਾ ਸੀ, ਉਦੋਂ ਹੀ ਚਾਰਟਰਡ ਐਰੋਪਲੇਨ ਲੈ ਕੇ ਉਹਦੇ 'ਚ ਗਏ ਨੇ, ਜਿਹਦਾ ਲੱਖਾਂ ਰੁਪਈਆ ਖਰਚਾ ਹੈ ਸਿਰਫ 250 ਕਿਲੋਮੀਟਰ ਜਾਣ ਨੂੰ, ਕਾਰ ਦੇ ਵਿੱਚ ਇਹਨਾਂ ਨੇ ਜਾਣ ਦੀ ਹਿੰਮਤ ਨਹੀਂ ਰੱਖੀ। ਕਿਉਂ ਨਹੀਂ ਰੱਖੀ? ਕਿਉਂਕਿ ਇਹ ਆਮ ਨਹੀਂ ਹੈਗੇ, ਇਹ ਗੱਲਾਂ ਦੇ ਵਿੱਚ ਆਮ ਨੇ, ਪਰ ਜਿਸ ਸੁਸਾਇਟੀ 'ਚ ਰਹੇ ਨੇ, ਜਿਸ ਉਹਦੇ 'ਚ ਮੰਤਰ 'ਚ ਪਲੇ ਨੇ, ਜਿਹੋ ਜਿਹੇ ਲੋਕਾਂ ਦੇ ਵਿੱਚ ਇਹ ਭ੍ਰਿਸ਼ਟਾਚਾਰੀ ਬਣੇ ਨੇ, ਇਹਨਾਂ ਦੀਆਂ ਆਦਤਾਂ ਉਹੀ ਰਹਿਣੀਆਂ ਨੇ, ਉਹੀ ਰਹਿਣਗੇ। ਆਮ ਆਦਮੀ ਪਾਰਟੀ ਦਾ ਕੇਜਰੀਵਾਲ ਹੈ, ਕੇਜਰੀਵਾਲ ਨੂੰ ਦੇਖੋ ਕਿਸ ਤਰ੍ਹਾਂ ਕੰਮ ਕਰਦਾ ਹੈ, ਅਸੀਂ ਲੋਕ ਹਾਂ ਅਸੀਂ ਕਿਵੇਂ ਕੰਮ ਕਰ ਰਹੇ ਹਾਂ, ਕਿੰਨੇ ਕਿੰਨੇ ਸਾਲਾਂ ਤੋਂ ਲੱਗੇ ਹੋਏ ਹਾਂ। ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੈ ਉਹ ਪੰਜਾਬ ਦੇ ਵਿੱਚ ਆਉਣ ਨੂੰ ਤਿਆਰ ਬੈਠੀ ਹੈ, ਜੇ ਤੁਹਾਡੇ ਕੋਲੋਂ ਸੰਭਲਣ ਦਾ ਮੌਕਾ ਹੈ ਤਾਂ ਸੰਭਲੋ, ਪਰ ਅਸੀਂ ਗਰੰਟੀ ਦਿੰਦੇ ਹਾਂ ਅਸੀਂ ਹੁਣ ਕਾਂਗਰਸ ਪਾਰਟੀ ਨੂੰ ਸੰਭਲਣ ਦਾ ਮੌਕਾ ਨਹੀਂ ਦੇਵਾਂਗੇ। 2022 ਦੇ ਵਿੱਚ ਆਮ ਆਦਮੀ ਪਾਰਟੀ ਆ ਰਹੀ ਹੈ, ਆਮ ਆਦਮੀ ਪਾਰਟੀ ਜਿੰਦਾਬਾਦ। ਪਟਿਆਲਾ ਗੇਟ ਅਸੀਂ ਸਾਧੂ ਧਰਮਸੋਤ ਦਾ ਵਰਦੇ ਮੀਂਹ ਦੇ ਵਿੱਚ ਪਹਿਲਾਂ ਪੁਤਲਾ ਫੂਕਿਆ ਔਰ ਉਸ ਤੋਂ ਬਾਅਦ ਉਹਦੀਆਂ ਅਰਥੀਆਂ ਜਲ ਪ੍ਰਵਾਹ ਕਰਤੀਆਂ, ਯਾਨੀ ਕਿ ਨਾਭੇ ਦੇ ਵਿੱਚ ਪਾਣੀ ਇੰਨਾ ਹੈ ਮੀਂਹ ਦੇ ਨਾਲ ਨਾਭੇ ਦਾ ਬੁਰਾ ਹਾਲ ਹੋ ਜਾਂਦਾ। ਅੱਜ ਅਸੀਂ ਨਾਭੇ ਦੇ ਵਿੱਚ ਪੁਤਲਾ ਫੂਕਣ ਤੋਂ ਬਾਅਦ ਸਾਧੂ ਦੀ ਜਿਹੜੀ ਰਾਖ ਹੈ, ਜਿਹੜਾ ਇਹਦਾ ਬਾਕੀ ਬਚਦਾ ਸਰੀਰ, ਉਹ ਪਾਣੀ 'ਚ ਜਲ ਪ੍ਰਵਾਹ ਕਰਤਾ ਤਾਂ ਕਿ ਇਹਦਾ ਪਰਮਾਨੈਂਟ ਇਹ ਨਾਭੇ ਤੋਂ ਮੁਕਤੀ ਮਿਲੇ ਸਾਧੂ ਧਰਮਸੋਤ ਦੀ। ਔਰ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ ਜੀ, ਸਾਡੇ ਵੀਰਪਾਲ ਕੌਰ ਚਹਿਲ ਮਹਿਲਾ ਵਿੰਗ ਪ੍ਰਧਾਨ ਜ਼ਿਲ੍ਹਾ ਪਟਿਆਲਾ, ਇਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਸਾਰਾ ਅੱਜ ਇਹ ਪ੍ਰਦਰਸ਼ਨ ਕੀਤਾ। ਸਾਡੀ ਇਹ ਮੰਗ ਹੈ ਕਿ ਚੰਨੀ ਸਾਹਿਬ ਇੱਕ ਪਾਸੇ ਕਹਿੰਦੇ ਆ ਕਿ ਜੀ ਮੈਂ ਆਮ ਆਦਮੀ ਹਾਂ, ਮੇਰੀ ਮਾਂ ਛੱਪੜ 'ਚੋਂ ਮਿੱਟੀ ਕੱਢ ਕੇ ਲਿਆਉਂਦੀ ਸੀ, ਅਸੀਂ ਉਹਦੀ ਲਪਾਈ ਕਰਕੇ ਪਾਂਡੂ ਫੇਰ ਕੇ ਉਸ ਘਰ ਦੇ ਵਿੱਚ ਰਹੇ ਹਾਂ, ਔਰ ਦੂਜੇ ਦਿਨ ਫਿਰ ਜਹਾਜ਼ 'ਤੇ ਚੜ੍ਹ ਕੇ ਮੈਂ ਬੇਨਤੀ ਕਰਦਾ ਚੰਨੀ ਸਾਹਿਬ ਗੱਲਾਂ ਨਾਲ ਕੋਈ ਕੁਛ ਨਹੀਂ ਕਰ ਸਕਦਾ, ਇਹ ਗੱਲਾਂ ਦਾ ਕੜਾਹ ਨਾ ਬਣਾਓ, ਨਵਜੋਤ ਸਿੱਧੂ ਸਾਹਿਬ ਇਹ ਸ਼ੇਰੋ ਸ਼ਾਇਰੀ ਛੱਡੋ। ਜੇ ਵਾਕਈ ਤੁਸੀਂ ਆਮ ਆਦਮੀ ਕਹਿੰਦੇ ਹੋ, ਆਮ ਆਦਮੀ ਅਰਵਿੰਦ ਕੇਜਰੀਵਾਲ, ਤਾਂ ਹੁਣੇ ਹੀ ਤੁਰੰਤ 64 ਕਰੋੜ ਰੁਪਈਆ ਗਰੀਬ ਵਜ਼ੀਫਾ ਖਾਣ ਵਾਲਾ ਜਿਹੜਾ ਬੱਚਿਆਂ ਦਾ ਦੋਸ਼ੀ ਸਾਧੂ ਧਰਮਸੋਤ, ਜਿਹਦੇ ਸਰੋਜ ਕਿਰਪਾ ਜੀ ਨੇ ਇਹ ਖੁਲਾਸਾ ਕੀਤਾ ਸੀਗਾ, ਔਰ ਐਵੀਡੈਂਸ ਨੇ, ਸਾਰੇ ਪੇਪਰ ਨੇ, ਔਰ ਕੈਪਟਨ ਸਰਕਾਰ ਨੇ ਇਹਨੂੰ ਕਲੀਨ ਚਿੱਟ ਦਿੱਤੀ ਸੀ, ਇਹ ਦੋਸ਼ੀ ਆ, ਜਿਹਦੇ ਕਰਕੇ 2 ਲੱਖ ਵਿਦਿਆਰਥੀ ਪੇਪਰ ਨਹੀਂ ਦੇ ਸਕੇ, ਇਹਦੀ ਵਜ੍ਹਾ ਕਰਕੇ ਇਹ ਅਨਪੜ੍ਹ ਮੰਤਰੀ ਜਿਹੜਾ ਨਾਭੇ ਦਾ ਬਰਬਾਦ ਕੀਤਾ, ਪੰਜਾਬ ਦੇ ਬੱਚਿਆਂ ਦਾ ਫਿਊਚਰ ਵੀ ਬਰਬਾਦ ਕਰ ਗਿਆ। ਅੱਜ ਸਾਡੀ ਮੰਗ ਹੈ
अब साड़ी मंग है कि चन्नी साहब तुम मुख्यमंत्री हो पंजाब के साधु धर्मसोत को तुरंत ये परचा दर्ज करके इनू जेल के बंद किया जाए। ये साड़ी मंग है। इस करके असं अज साधु धर्मसोत का जोड़ा वढ़ते मीह के पुतला फूकिया तो पानी के जल प्रवाह किया। साधु चोर असी कांग्रेस हाईकमान को बेनती करना चाहते हैं भी नाभे के साधु सिंह धर्मसोत का एक पी ए आ बातस ते नगर कौंसल का प्रधान आ सेंटी इन्होंने करोड़ों रुपये का घपला कर जिथे लॉकट 20 लाख की लगती सी गलिया के इन्होंने 40-40 लाख के बिल पाए हुए हैं। सो कांग्रेस हाईकमान को बेनती आ भी इनकुआरी करा के इन्हों परचा दर्ज करके जल्दी तो जल्दी इन्हों जेल के सुटिया जाए। साधु सिंह धर्मसोत को इन्हों के नगर कौंसल के प्रधान सेंटी जी तो इन्हों पी ए बातस जी जो इन्हों के कमाऊ पुत ने जेड़ा अज 23 तरीक का आम पार्टी का साढ़े जिला प्रधान मेघ चंद शेरमाजरा जी और साडे हलका इंचार्ज गुरदेव सिंह जी देवमा ने कॉल दी सी भी 23 तरीक नूं आपां पुतला फूकना साधु सिंह चोर मंत्री का भावें वेखो मीह पूरा जोरां ते पै रहा है पर आम पार्टी के इन्ना जोश है साधु के खिलाफ सारा नाभा निवासियों के इन्ना जोश है भी मीह दे विच वी असीं पूरे नौजवान पूरे आम पार्टी के जारू वर्कर आ के तां पुतला भी फूकिया है ते इहनूं पाणी दे विच वी रोड़िया है ते पाणी दे विच जल प्रवाह तो आप कोई चंगा बंदा होंदा उन्हें जल प्रवाह कर रहे हैं जल प्रवाह किया जाए पर तो इन्ना चोर इन्ना करप्ट इन्ना गंदा मंत्री सी इहनूं असीं जल सीवरे दे विच डोब के आए हाँ भी जिहो जिहा तो नाभे विच पानी का गंद पाया सी सीवरेज का गंद तो नाभे लोगों ने दिता सी उह जिहे गंद दे विच इहनूं असीं नाभे दे विच अज सुट के आए हाँ। चन्नी नूं ते जिहड़ी कांग्रेस की हाईकमान नूं बेनती करदे हां भी जिहड़ा इहने 64 करोड़ का घोटाला किया बच्चों का इहनूं तुरंत ਉਹਦੇ ਵਿੱਚ ਅੰਦਰ ਦਿੱਤਾ ਜਾਏ ਤੇ ਬਣਦੀ ਕਾਰਵਾਈ ਉੱਤੇ ਕੀਤੀ ਜਾਵੇ। ਆਵਾਜ਼ ਕੰਮ ਟੀਵੀ ਲਈ ਨਾਭਾ ਤੋਂ ਪੱਤਰਕਾਰ ਤਰੁਣ ਮਹਿਤਾ ਦੀ ਰਿਪੋਰਟ।